ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਹੀ ਮੰਦਭਾਗੀ ਘਟਨਾ ਜੋ ਖਡੂਰ ਸਾਹਿਬ ਹਲਕੇ ਦੇ ਵਿੱਚ ਹੋਈ ਆ। ਪਤਾ ਲੱਗਿਆ ਕਿ ਇੱਕ ਕੁੱਤੇ ਪਿੱਛੇ, ਮਤਲਬ ਕੁੱਤੇ ਦੀ ਕੋਈ ਲੜਾਈ ਹੋਈ ਸੀ ਆਪਸ ਵਿੱਚ। ਜਿਹੜਾ ਇਹ ਮੁੱਖ ਮੰਤਰੀ ਜਿਹਨੂੰ ਆਪਾਂ ਕਹਿ ਦਿੰਦੇ ਆ, ਜਿਹੜਾ ਨੌਜਵਾਨ ਸੀਗਾ, ਪਾਠ ਕਰਦਾ ਹੁੰਦਾ ਸੀ, ਗ੍ਰੰਥੀ ਸਿੰਘ ਵੀ ਸੀਗਾ, ਤੇ ਇਸ ਨੌਜਵਾਨ ਨੂੰ ਇਸ ਜਲੀਲ ਤਰੀਕੇ ਨਾਲ ਕੁੱਟਣਾ ਕਿੰਨਾ ਕੁ ਸਹੀ ਆ। ਪਤਾ ਲੱਗਿਆ ਕਿ ਕੋਈ ਆਂਢ ਗੁਆਂਢ ਦੇ ਵਿੱਚ ਕੁੱਤਾ ਸੀ ਕਿਸੇ ਦਾ, ਉਹ ਮਤਲਬ ਲੱਗਦਾ ਸੀ ਵੀ ਉਹ ਲੋਕਾਂ ਨੂੰ ਵੜਦਾ ਸੀਗਾ, ਲੋਕਾਂ ਨੂੰ ਪੈਂਦਾ ਸੀ। ਇਸ ਨੌਜਵਾਨ ਨੇ ਉਸ ਕੁੱਤੇ ਵਾਲਿਆਂ ਨੂੰ ਕਿਹਾ ਕਿ ਭਾਈ ਤੁਸੀਂ ਆਪਦਾ ਕੁੱਤਾ ਸੰਭਾਲ ਕੇ ਰੱਖਿਆ ਕਰੋ। ਹਰ ਕੋਈ ਕਹਿੰਦਾ ਇਹ ਸਹਿਸ ਬਾਜ, ਜੇ ਮੰਨ ਲਓ ਆਪਣੇ ਵੀ ਕਿਤੇ ਕੋਈ ਇਹੋ ਜਿਹੀ ਗੱਲ ਹੋਵੇ ਆਪਾਂ ਕਹਿੰਦੇ ਜ਼ਰੂਰ ਆ। ਉਹਨਾਂ ਨੇ 112 ਤੇ ਕਾਲ ਕੀਤੀ, 112 ਤੇ ਕਾਲ ਕੀਤੇ ਪੁਲਿਸ ਆਈ, ਪੁਲਿਸ ਮੁਲਾਜ਼ਮਾਂ ਨੇ ਉਲਟਾ ਇਹਨੂੰ ਨੌਜਵਾਨ ਨੂੰ ਜਿਹੜਾ ਉਹ ਕਿਹਾ ਕਿ ਭਾਈ ਤੂੰ ਹਟ ਜਾ, ਉਸ ਤੋਂ ਬਾਅਦ ਬਹਿਸ ਫਸਾਈ ਹੋਈ। ਬਹਿਸ ਫਸਾਈ ਤੋਂ ਬਾਅਦ ਆਹ ਘਟਨਾ ਜਿਹੜੀ ਘੜੀ ਆ, ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦਿਆਂ ਹੋਇਆਂ ਪੁਲਿਸ ਮੁਲਾਜ਼ਮਾਂ ਨੇ 84 ਦਾ ਦੌਰ ਯਾਦ ਕਰਾਉਂਦਿਆਂ ਇਹੋ ਜਿਹਾ ਤਸ਼ੱਦਦ ਕੀਤਾ, ਉਹ ਵੀ ਨੌਜਵਾਨ ਤੇ, ਛੋਟੀ ਉਮਰ ਦੇ ਨੌਜਵਾਨ ਤੇ ਸਿੱਧੇ ਸਾਦੇ ਨੌਜਵਾਨ ਤੇ। ਇਹ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਸਿੱਧਾ ਸਾਦਾ ਇਹ ਨੌਜਵਾਨ ਆ। ਤੇ ਤੁਸੀਂ ਆਪ ਦੱਸੋ ਵੀ ਹੁਣ ਇਸ ਨੌਜਵਾਨ ਨੇ ਤੇ ਜਿਹੜਾ ਤਸ਼ੱਦਦ ਹੋਇਆ, ਉਸ ਤੇ ਪੁਲਿਸ ਵਾਲਿਆਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ? ਕੀ ਪੁਲਿਸ ਵਾਲੇ ਡਿਸਮਿਸ ਹੋਣੇ ਚਾਹੀਦੇ ਆ? ਪੁਲਿਸ ਵਾਲਿਆਂ ਤੇ ਕੋਈ ਵੱਡੀ ਹੋਰ ਕਾਰਵਾਈ ਹੋਣੀ ਚਾਹੀਦੀ ਆ? ਕੀ ਕਾਰਵਾਈ ਹੋਣੀ ਚਾਹੀਦੀ ਹੈ? ਇਹੀ ਪੁਲਿਸ ਮੁਲਾਜ਼ਮਾਂ ਨੇ ਕਦੇ ਚਿੱਟੇ ਵਾਲਿਆਂ ਨੂੰ ਨਹੀਂ ਕੁੱਟਿਆ, ਇਹੀ ਪੁਲਿਸ ਮੁਲਾਜ਼ਮਾਂ ਨੇ ਕਦੇ ਨਸ਼ੇ ਵਾਲਿਆਂ ਨੂੰ ਫੜ ਕੇ ਨਹੀਂ ਕੁੱਟਿਆ। ਹਾਂ, ਜੇ ਇਹਦੇ ਤੋਂ ਚਿੱਟਾ ਬਰਾਮਦ ਹੋਇਆ ਹੁੰਦਾ, ਇਹ ਤੋਂ ਨਸ਼ਾ ਬਰਾਮਦ ਹੋਇਆ ਹੁੰਦਾ, ਇਹ ਗੈਂਗਸਟਰ ਹੁੰਦਾ, ਇਹਦੇ ਗੈਂਗਸਟਰਾਂ ਨਾਲ ਲਿੰਕ ਹੁੰਦੇ, ਇਹਨੇ ਕੋਈ ਉਹੋ ਜਿਹੀ ਕਾਰਵਾਈ ਕੀਤੀ ਹੁੰਦੀ, ਫਿਰ ਵੀ ਮੰਨ ਲੈਂਦੇ ਕਿ ਠੀਕ ਆ ਯਾਰ, ਕੁੱਟਣਾ ਚਾਹੀਦਾ ਸੀ। ਪਰ ਜਿਨ੍ਹਾਂ ਨੂੰ ਤੁਸੀਂ ਕੁੱਟਣਾ ਉਹਨਾਂ ਨੂੰ ਤੁਸੀਂ ਬਿਲਕੁਲ ਕੁਛ ਨਹੀਂ ਕਹਿੰਦੇ, ਪਰ ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਭਗਤ ਬੰਦਿਆਂ ਤੇ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਤਸ਼ੱਦਦ ਕਰਨਾ, ਬਹੁਤ ਹੀ ਮੰਦਭਾਗੀ ਘਟਨਾ। ਸੋ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਇਸ ਨੌਜਵਾਨ ਦੀ ਫੁੱਲ ਸਪੋਰਟ ਕਰਦੇ ਆ। ਜਲਦ ਤੋਂ ਜਲਦ ਉਹ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੱਸਿਆ ਜਾ ਰਿਹਾ ਕਿ 4-5 ਦਿਨ ਪੁਰਾਣੀ ਵੀਡੀਓ ਆ, ਸੋ ਪਿੰਡ ਦਾ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਦੀ ਘਟਨਾ, ਸੋ ਹੌਲੀ ਹੌਲੀ ਚਲੋ ਉਹ ਵੀ ਪਤਾ ਲੱਗ ਜੂਗਾ। ਪਰ ਇਹ ਬਹੁਤ ਹੀ ਮੰਦਭਾਗੀ ਘਟਨਾ, ਸਾਰੇ ਇਸ ਤੇ ਵੀਡੀਓ ਵੀ ਪਾ ਰਹੇ ਆ, ਸਾਰੇ ਪਤਾ ਵੀ ਕਰ ਰਹੇ ਆ ਕਿ ਕਿੱਥੋਂ ਦੀ ਘਟਨਾ ਕਿਵੇਂ ਹੋਈ ਆ। ਸੋ ਇੰਨੀ ਕੁ ਘਟਨਾ ਪਤਾ ਲੱਗੀ ਆ ਕਿ ਆਹ ਗੱਲਬਾਤ ਹੋਈ ਸੀ। ਸੋ ਅਸੀਂ ਕਿਸਾਨ ਯੂਨੀਅਨ ਫਤਿਹ ਵੱਲੋਂ ਇਸ ਨੌਜਵਾਨ ਦੀ ਫੁੱਲ ਸਪੋਰਟ ਕਰਦੇ ਹਾਂ, ਤੇ ਜਲਦ ਤੋਂ ਜਲਦ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ, ਕਾਨੂੰਨ ਤੋਂ ਬਾਹਰ ਹੋ ਕੇ ਇਸ ਤਰ੍ਹਾਂ ਤਸ਼ੱਦਦ ਕੀਤਾ ਭੋਲੇ ਭਾਲੇ ਨੌਜਵਾਨ ਤੇ ਉਹਨਾਂ ਤੇ ਸਖ਼ਤ ਤੋਂ ਸਖ਼ਤ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।